ਵਿਧਾਨ ਸਭਾ ਦਾ ਅੱਜ ਤੀਸਰਾ ਦਿਨ ਹੈ ਤੀਸਰੇ ਦਿਨ ਦੀ ਸ਼ੁਰੂਆਤ ਤੋਂ ਪਹਿਲਾ ਜੰਮ ਕੇ ਕਾਂਗਰਸੀਆ ਦੇ ਵੱਲੋਂ ਨਾਰਾਬਾਜ਼ੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸੀਐਮ ਮਨ ਮੁਰਦਾਬਾਦ ਦਲਿਤ ਵਿਰੋਧੀ ਸੀਐਮ ਮੁਰਦਾਬਾਦ ਅਸਲ ਦੱਸਦੀ ਹੈ ਕਿ ਕੱਲ ਦੂਸਰਾ ਦਿਨ ਸੀ ਵਿਧਾਨ ਸਭਾ ਦਾ ਇਸ ਦੌਰਾਨ ਜਦੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਐਮਐਲਏ ਜਿਹੜੇ ਸੁਖਵਿੰਦਰ ਸਿੰਘ ਕੋਟਲੀ ਦੇ ਵੱਲੋਂ ਦਿੱਤਾ ਜਾਣ ਲੱਗਾ ਤਾਂ ਉਸ ਦੌਰਾਨ ਸੀਐਮ ਭਗਵੰਤ ਮਾਨ ਦੇ ਵੱਲੋਂ ਜਿਹੜੀ ਹੈ ਕਿਹਾ ਗਿਆ ਹੈ ਕਿਸ ਨੂੰ ਦੋਰਾ ਪੈ ਗਿਆ ਇਸ ਨੂੰ ਜੁੱਤੀ ਸੰਗਾਓ ਤੇ ਇਸ ਤੋਂ ਬਾਅਦ ਜਿਹੜੀ ਉਹਨਾਂ ਦੇ ਵੱਲੋਂ ਬੋਲੀ ਗਈ ਸ਼ਬਦਾਬਲੀ ਦਾ ਵਿਰੋਧ ਕਾਂਗਰਸੀਆਂ ਦੇ ਵੱਲੋਂ ਲਗਾਤਾਰ ਕੀਤਾ ਗਿਆ ਉਹਨਾਂ ਦੇ ਵੱਲੋਂ ਉਸ ਦੌਰਾਨ ਹੀ ਮੁਰਦਾਬਾਦ ਦੇ ਧਾਰੇ ਜੜੇ ਹੈ ਲਗਾੜੇ ਸ਼ੁਰੂ ਹੋ ਗਏ ਤੇ ਸਵਾਲ ਚੁੱਕੜੇ ਸ਼ੁਰੂ ਹੋ ਗਏ ਜਿਹੋ ਜੀ ਸ਼ਬਦਾਬਲੀ ਸੀਮ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਵਰਤੀ ਹੈ ਉਹ ਕਾਫੀ ਜ਼ਿਆਦਾ ਨਿੰਦਣਯੋਗ ਹੈ ਮਾਨ ਮਰਿਆਦਾਵਾਂ ਦਾ ਉਲੰਘਣ ਜਿਹੜਾ ਹੈ ਉਹ ਕੀਤਾ ਗਿਆ ਇਸ ਦੌਰਾਨ ਹੀ ਜਦੋਂ ਅੱਜ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਹੋਣੀ ਸੀ ਉਸ ਤੋਂ ਪਹਿਲਾਂ ਲਗਾ ਤਾਰ ਵਿਰੋਧ ਜਿਹੜਾ ਹੈ ਕਾਂਗਰਸੀਆਂ ਦੇ ਵੱਲੋਂ ਕੀਤਾ ਗਿਆ ਤੇ ਸ਼ੁਰੂਆਤ ਦੇ ਵਿੱਚ ਹੀ ਉਹਨਾਂ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਜਦੋਂ ਦਾਖਲ ਹੁੰਦੇ ਨੇ ਉਸ ਵਿੱਚ ਕਰਜ਼ੇ ਦੀ ਪੰਡ ਜਿਹੜੇ ਹੈ ਪੋਸਟਰ ਲਪੇਟੇ ਹੋਏ ਸੀ ਤੇ ਨਾਲ ਹੀ ਹੱਥਾਂ ਦੇ ਵਿੱਚ ਬੋਰਡ ਉਹਨਾਂ ਨੇ ਫੜੇ ਹੋਏ ਸੀ ਤੇ ਕਿਹਾ ਗਿਆ ਸੀ ਕਿ दलित विरोधी ਜਿਹੜੀ ਸਰਕਾਰ ਮੁਰਤਾਬਾ ਤੇ ਨਾਲ ਹੀ ਰਾਜਾ ਵਿਡਿੰਗ ਜਿਹੜੇ ਕਾਂਗਰਸ ਦੇ ਪ੍ਰਧਾਨ ਆ ਉਹਨਾਂ ਦੇ ਵੱਲੋਂ ਤੰਜ ਕਸਦੇ ਹੋਏ ਸੀਐਮ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਕਿਹਾ ਗਿਆ ਇਹਨਾਂ ਦਾ ਕਹਿਣਾ ਹੈ ਕਿ ਜਿੰਨਾ ਕਰ ਚੋ ਇਹਨਾਂ ਨੇ 2 ਸਾਲਾਂ ਦੇ ਵਿੱਚ ਪੰਜਾਬ ਦੇ ਸਿਰ ਚੜਾ ਦਿੱਤਾ ਇਹਨਾਂ ਤਾਂ ਕਾਂਗਰਸ ਵੇਲੇ 5 ਸਾਲਾਂ ਦੇ ਵਿੱਚ ਨਹੀਂ ਹੋਇਆ ਸੀ ਅਤੇ ਹੀ ਰਾਜਾ ਵਿਡਿੰਗ ਨੇ ਕਿਹਾ ਹੈ ਕਿ ਇਹ ਤਾਂ ਕਹਿੰਦੇ ਸੀ ਕਿ ਸੱਤਾ ਦੇ ਵਿੱਚ ਬਦਲਾਅ ਦੀ ਇਸ ਵਾਰ ਅਸੀਂ ਲੈ ਕੇ ਆਵਾਂਗੇ ਸਰਕਾਰ ਪਰ ਇੱਕ ਇਹੋ ਜਿਹਾ ਬਦਲਾਅ ਹੈ ਜਦੋਂ ਕੋਈ ਬੱਚਾ ਰੋਜ਼ ਦਾ ਪੰਜਾਬ ਦੇ ਵਿੱਚ ਜੰਮਦੇ ਨੇ ਉਹ ਲੱਖਾਂ ਕਰੋੜਾਂ ਦੇ ਕਰਜ਼ੇ ਸਿਰ ਤੇ ਲੈ ਕੇ ਜੰਮਦੇ ਨੇ ਇਸ ਨਾਲ ਹੀ ਕਈ ਜਿਹੜੇ ਕਾਂਗਰਸੀ ਆਗੂ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਕਰਜ਼ੇ ਦੀ ਪੰਡ ਇਸ ਵੇਲੇ ਵੱਧ ਰਹੀ ਹੈ ਉਸ ਨੋ ਅਸੇ ਪ੍ਰਤਾਵਾ ਕਾਰਜ ਸਿਰ ਦੇ ਉੱਤੇ ਕਰਜ਼ਿਆਂ ਦੀਆਂ ਪੰਡਾ ਲੈ ਕੇ ਵਿਧਾਨ ਸਭਾ ਦੇ ਵਿੱਚ ਆਏ ਨੇ ਅੱਜ विधानसभा ਦਾ ਤੀਸਰਾ ਦਿਨ ਹੈ ਤੀਸਰੇ ਦਿਨ ਅੱਜ ਵਿੱਤ ਮੰਤਰੀ ਹਲਪਾਲ ਚੀਮਾ ਜੜੇ ਨੇ ਉਹ ਬਜਟ ਪੇਸ਼ ਕਰਨਗੇ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਲਗਾਤਾਰ ਕੱਲ ਦਾ ਦਿਨ ਵੀ ਕਾਫੀ ਜ਼ਿਆਦਾ ਤਾਨੇ ਮੇਣੇ ਵਾਲਾ ਰਿਹਾ ਹੈ ਕਿਉਂਕਿ ਜਦੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਸਪੀਕਰ ਨੂੰ ਇਹ ਕਿਹਾ ਗਿਆ ਕਿ ਅੱਜ ਮੈਂ ਤੁਹਾਨੂੰ ਜਿਹੜਾ ਹੈ ਉਹ ਇੱਕ ਤੋਹਫਾ ਲੈ ਕੇ ਆਇਆ ਤਾਂ ਸਾਰਿਆਂ ਨੇ ਇਹ ਸੋਚਿਆ ਕਿ ਸ਼ਾਇਦ ਸੀਐਮ ਭਗਵੰਤ ਮਾਨ ਜਿਹੜੇ ਨੇ ਪੰਜਾਬ ਨੂੰ ਕੋਈ ਤੋਹਫਾ ਦੇ ਸਕਦੇ ਪਰ ਉਹਨਾਂ ਦੇ ਵੱਲੋਂ ਇੱਕ ਲਫਾਫਾ ਜਿਹੜਾ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਮੈਂ ਬੋਲਣਾ ਸ਼ੁਰੂ ਕਰਾਂ ਜੇਕਰ ਵਿਰੋਧੀ ਧਿਰ ਵਰਕਆਊਟ ਕਰ ਜਾਂਦੀ ਹੈ ਵਿਧਾਨ ਸਭਾ ਤੋਂ ਤਾਂ ਤੁਸੀਂ ਅੰਦਰ ਤੋਂ ਵਿਧਾਨ ਸਭਾ ਦੇ ਤਾਲਾ ਲਗਾ ਦਿਓ ਉਸ ਤੋਂ ਬਾਅਦ ਲਗਾਤਾਰ ਵਿਰੋਧ ਜਿਹੜਾ ਹੈ ਰਾਜਾ ਵਿੜਿੰਗ ਤੇ ਹੋਰ ਕਾਂਗਰਸੀਆਂ ਦੇ ਵੱਲੋਂ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਕਾਫੀ ਜ਼ਿਆਦਾ ਤਾੜ-ਤਾਣੀ ਵਿਦੇਖਣ ਨੂੰ ਮਿਲੀ ਹੈ ਕਈ ਜਿਹੜੀ ਵੀਡੀਓਸ ਹੈ ਉਹ ਵੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ 'ਤੇ ਜਿਸ ਦੇ ਵਿੱਚ ਜਿਹੜੀ ਹੈ ਇੱਕ ਦੂਸਰੇ ਦੇ ਵਿਰੁੱਧ ਜਿਹੜੇ ਹੈ ਤਾਨੇ ਕੱਸਦੇ ਹੋਏ ਟੂ ਟੂ ਮੈਮੇ ਕਰਦੇ ਹੋਏ ਨਜ਼ਰ ਆਏ ਨੇ ਤਾਂ ਭਾਜੀਪੀ ਦੇ ਵੱਲੋਂ ਵੀ ਸਟੈਂਡ ਜਿਹੜਾ ਹੈ ਉਹ ਲਿਆ ਗਿਆ ਹੈ ਜਿਸ ਤਰੀਕੇ ਦੇ ਨਾਲ ਸੀਐਮ ਭਗਵੰਤ ਮਾਨ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਸ਼ਬਦਾਵਲੀ ਵਰਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਤਾਂ ਅਤੀ ਨਿੰਦਣਯੋਗ ਹੈ ਪਰ ਜੋ ਐਮਐਲਏ ਕੋਟਲੀ ਦੇ ਵੱਲੋਂ ਬਿਆਨ ਦਿੱਤਾ ਗਿਆ ਜਲਦੀ ਜਿਹੜੀ ਹੈ ਪ੍ਰੈਸ ਕਾਨਫਰੰਸ ਦੌਰਾਨ ਉਹ ਰੋਣ ਲੱਗ ਪਏ ਉਹ ਰੋਣਾ ਨਹੀਂ ਰੋਣਾ ਚਾਹੀਦਾ ਸੀ ਕਿਉਂਕਿ ਆਮ ਲੋਕਾਂ ਨੇ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਚੁਣ ਕੇ ਭੇਜਿਆ ਉੱਥੇ ਰੋਣ ਦੇ ਲਈ ਨਹੀਂ ਸਗੋ ਆਪਣੇ ਜਿਹੜਾ ਹੈ ਸਮਾਜ ਦੇ ਲਈ ਸਵਾਲ ਚੁੱਕ ਰਹੇ ਨੇ ਕਹਿੰਦੇ ਕਿ ਬਹੁਤ ਸਾਰੇ ਮੁੱਦੇ ਜਿਹੜੇ ਨੇ ਉਹ ਜਿਹੜੇ ਨੇ ਦਲਿਤਾ ਦੇ ਨੇ ਬਹੁਤ ਸਾਰੇ ਅਨੁਸੂਚਿਤ ਜਾਤੀਆਂ ਦੇ ਨੇ ਪਰ ਜਿਸ ਤਰੀਕੇ ਦੇ ਨਾਲ ਉਹ ਰੋਣਾ ਰੋਏ ਨੇ ਉਹ ਬਹੁਤ ਜ਼ਿਆਦਾ ਗਲਤ ਨੇ ਉੱਤੇ ਭਾਜੀਪੀ ਦੇ ਵੱਲੋਂ ਸਾਫਟ ਟੋਰ ਦੇ ਉੱਤੇ ਸਟੈਂਡ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜੋ ਵੀ ਉਹਨਾਂ ਦਾ ਰੋਣਾ ਰੋਣਾ ਸੀ ਇਸ ਤੋਂ ਵਧਿਆ ਹੁੰਦਾ ਕਿ ਉਹ ਪੰਜਾਬ ਦੇ ਹਿੱਤ ਦੇ ਲਈ ਅਨੁਸਾਸ਼ਣ ਅਨੁਸੂਚਿਤ ਜਾਤੀਆਂ ਦੇ ਹਿੱਤ ਦੇ ਲਈ ਜਿਹੜੇ ਨੇ ਉਹ ਕਾਫੀ ਜ਼ਿਆਦਾ ਮੁੱਦੇ ਜਿਹੜੇ ਆ ਵਿਧਾਨ ਸਭਾ ਦੇ ਵਿੱਚ ਉੱਠਦੇ ਚੁੱਕਦੇ ਭਾਵੇਂ ਕਿ ਰਾਖਵਾਕਰਨ ਹੋਵੇ ਭਾਵੇਂ ਕਿ ਗੜਵਾਸਤੂ ਜਾਂ ਫਿਰ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸੀਟਾਂ ਨੂੰ ਲੈ ਕੇ ਹੋਵੇ ਵਿਦਿਆਰਥੀਆਂ ਨੂੰ ਅਜਿਹੇ ਇੱਕ ਜਿਹੜੇ ਮੁੱਦੇ ਆ ਉਹ ਚੁੱਕ ਸਕਦੇ ਸੀ ਪਰ ਲਗਾਤਾਰ ਕਾਂਗਰਸੀਆਂ ਦੇ ਵੱਲੋਂ ਵਿਰੋਧ ਜਿਹੜਾ ਹੈ ਸੀਐਮ ਭਗਵੰਤ ਮਾਨ ਦਾ ਕੀਤਾ ਜਾ ਰਿਹਾ ਪ੍ਰਤਾਪ ਸਿੰਘ ਬਾਦਪਾ ਵਗੇ ਰਾਜਾ ਫਿਰਿੰਗ ਹੋਗੇ ਉਹਨਾਂ ਦੇ ਵੱਲੋਂ ਲਗਾਤਾਰੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਵੀ ਪਾਈਆਂ ਜਾ ਰਹੀਆਂ ਨੇ ਤੇ ਨਾਲ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਸ ਵੇਲੇ ਸੀਐਮ ਭਗਵੰਤ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਸ਼ਬਦਾਵਲੀ ਵਰਤੀ ਜਾ ਰਹੀ ਹੈ ਵਿਧਾਨ ਸਭਾ ਦੇ ਵਿੱਚ ਉਹ ਅਤੀ ਨਿੰਦਣਯੋਗ ਹੈ ਇਸ ਕਰਕੇ ਲਗਾਤਾਰ ਹੀ ਕਾਂਗਰਸੀ ਆਗੂ ਜੜੇ ਨੇ ਉਹ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੱਥਾਂ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਹੈ ਬੋਰਡ ਫੜੇ ਹੋਏ ਨੇ ਤੇ ਲਿਖਿਆ ਹੋਇਆ ਹੈ ਕਿ ਦਲਿਤ ਵਿਰੋਧੀ ਸਮਾਜ ਦੀ ਸਰਕਾਰ ਜਿਹੜੀ ਹੈ ਮੁਰਦਾਬਾਦ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਵੀ ਤੁਸੀਂ ਦੇ ਸਕਦੇ ਹੋ ਹੋਰ ਤਸਵੀਰਾਂ ਅਪਡੇਟਸ ਆਨਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ